ਹਰਪ੍ਰੀਤ ਆਲੂਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਜਿਵੇਂ ਕਿ ਅੱਜ ਅਸੀਂ ਕਮੇਟੀ 'ਚ ਪਹੁੰਚੇ ਹਾਂ ਸੈਨੇਟਾਈਜ਼ਿੰਗ ਜਿਹੜੀ ਕਿ ਇਸ ਸਮੇਂ ਦੀ ਬਹੁਤ ਜ਼ਰੂਰਤ ਹੈ ਅਤੇ ਸਾਡੇ ਮਾਨਯੋਗ ਐਮ ਐਲ ਏ ਸਾਹਿਬ ਦੀ ਰਹਿਨਮਾਈ ਦੇ ਵਿੱਚ ਸਾਡੇ ਐਫ ਐਸ ਓ ਭੂਮੀ ਸਾਹਿਬ ਜਿਹੜੇ ਕਿ ਸ਼ਹਿਰ ਨੂੰ ਸੈਨੇਟਾਈਜ਼ ਕੰਟੀਨਿਊ ਕਰ ਰਹੇ ਨੇ ਐਮ ਐਲ ਏ ਸਾਹਿਬ ਦੇਖਿਆ ਨਵਾਂ ਜਿਹਾ ਕਨਸੈਪਟ ਹੈ ਕਿ ਜਿਹੜਾ ਟਰੱਕ ਦੇ ਥਰੂ ਸ਼ਹਿਰ ਨੂੰ ਸੈਨੇਟਾਈਜ਼ ਕਰਨ ਜਾ ਰਹੇ ਹਾਂ ਇਹ ਸ਼ਹਿਰ ਦੇ ਵਿੱਚ ਪੂਰੇ ਪ੍ਰੋਪਰ ਢੰਗ ਦੇ ਨਾਲ ਸੈਨੇਟਾਈਜ਼ਿੰਗ ਕਿੰਨੀਵੀਂ ਵਾਰ ਹੋਣ ਲੱਗੀ ਹੈ ਦੇਖੋ ਜਦੋਂ ਤੋਂ ਇਹ ਮਹਾਂਮਾਰੀ ਸਾਡੇ ਪੰਜਾਬ 'ਚ ਆਈ ਹੈ ਅਤੇ ਉਦੋਂ ਉਸੇ ਦਿਨ ਤੋਂ ਹੀ ਸਾਡੀ ਕੋਸ਼ਿਸ਼ ਰਹੀ ਹੈ ਕਿ ਖੰਨੇ ਨੂੰ ਪ੍ਰੋਪਰ ਸੈਨੇਟਾਈਜ਼ ਕੀਤਾ ਜਾਵੇ ਇਸ ਬਿਮਾਰੀ ਦੀ ਜਿਹੜੀ ਰੋਕਥਾਮ ਆ ਉਸ ਨੂੰ ਸੁਨਿਸ਼ਚਿਤ ਕੀਤਾ ਜਾਵੇ ਅਤੇ ਸਾਡੀ ਫਾਇਰ ਬ੍ਰਿਗੇਡ ਦੀ ਟੀਮ ਨੇ ਮਿਊਂਸੀਪਲ ਕਮੇਟੀ ਵੱਲੋਂ ਯਸ਼ਪਾਲ ਗੋਮੀ ਜੀ ਵੱਲੋਂ ਅਸੀਂ ਚਾਰ ਵਾਰ ਪੂਰਾ ਸ਼ਹਿਰ ਜਿਹੜਾ ਉਹ ਸੈਨੇਟਾਈਜ਼ ਕੀਤਾ ਹਰ ਗਲੀ ਮੁਹੱਲਾ ਸੈਨੇਟਾਈਜ਼ ਕੀਤਾ ਬਾਜ਼ਾਰ ਸੈਨੇਟਾਈਜ਼ ਹੋਏ ਨੇ ਜਿੱਥੇ ਜਿੱਥੇ ਵੀ ਪਬਲਿਕ ਪਲੇਸਿਸ ਨੇ ਉਹਨਾਂ ਨੂੰ ਵੀ ਸੈਨੇਟਾਈਜ਼ ਕਰਨ ਦੀ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਦਾਣਾ ਮੰਡੀ ਸਬਜ਼ੀ ਮੰਡੀ ਜਿੱਥੇ ਜਿੱਥੇ ਵੀ ਲੋਕ ਜ਼ਿਆਦਾ ਤਾਦਾਦ ਵਿੱਚ ਇਕੱਠੇ ਹੁੰਦੇ ਨੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉੱਥੇ ਜ਼ਿਆਦਾਤਰ ਇਹ ਜਿਹੜੀ ਸੈਨੇਟਾਈਜੇਸ਼ਨ ਆ ਉਹ ਕਰਵਾਈ ਜਾਵੇ ਤੋ ਚਾਰ ਦਫਾ ਪੂਰਾ ਸ਼ਹਿਰ ਲਗਭਗ ਅਸੀਂ ਇਸ ਦੌਰਾਨ ਸੈਨੇਟਾਈਜ਼ ਕੀਤਾ ਅਤੇ ਅੱਜ ਪੰਜਵੀਂ ਵਾਰ ਜਿਹੜਾ ਸਾਡਾ ਰਾਣਾ ਸ਼ੂਗਰਸ ਵੱਲੋਂ ਸਾਡੇ ਮਾਨਯੋਗ ਐਮ ਐਲ ਏ ਕਪੂਰਥਲਾ ਰਾਣਾ ਗੁਰਜੀਤ ਸਿੰਘ ਜੀ ਨੇ ਸਾਨੂੰ ਇਹ ਟਰੱਕ ਅੱਜ ਭੇਜਿਆ ਇੱਥੇ ਅਤੇ ਇਹਦੇ ਨਾਲ ਅਸੀਂ ਪੂਰਾ ਸ਼ਹਿਰ ਹਰ ਗਲੀ ਮੁਹੱਲਾ ਜਿਹੜਾ ਉਹ ਸੈਨੇਟਾਈਜ਼ ਕਰਨ ਜਾ ਰਹੇ ਹਾਂ ਅਤੇ ਮੈਨੂੰ ਪੂਰੀ ਆਸ ਹੈ ਕਿ ਜਿਵੇਂ ਸਾਨੂੰ ਲੋਕਾਂ ਨੇ ਬਹੁਤ ਵੱਧ ਚੜ੍ਹ ਕੇ ਇਸ ਲੋਕਡਾਊਨ ਦੇ ਵਿੱਚ ਕਰਫਿਊ ਦੇ ਦੌਰਾਨ ਸਾਥ ਦਿੱਤਾ ਔਰ ਅਸੀਂ ਜਿਹੜੀ ਇਹ ਕਰੋਨਾ ਖਿਲਾਫ ਲੜਾਈ ਹੈ ਉਹ ਜਿੱਤ ਸਕੇ ਹਾਂ ਔਰ ਸਾਰਿਆਂ ਦੇ ਸਹਿਯੋਗ ਨਾਲ ਆਓ ਸਾਰੇ ਰਲ ਕੇ ਆਪਾਂ ਇਸੇ ਤਰ੍ਹਾਂ ਕਰੋਨਾ ਨੂੰ ਹਰਾਈਏ ਔਰ ਖੰਨਾ ਅਵਸ਼ ਜਿੱਤੇਗਾ ਇਹ ਲੜਾਈ ਔਰ ਅਸੀਂ ਤਕੜੇ ਹੋ ਕੇ ਅੱਗੇ ਤੋਂ ਆਪਣੀ ਜਿਹੜੀ ਖੁਸ਼ਹਾਲ ਜ਼ਿੰਦਗੀ ਹੈ ਉਹ ਅੱਗੇ ਵਧਾ ਸਕਾਂਗੇ ਧੰਨਵਾਦ ਸਾਡੇ ਨਾਲ ਸਾਬਕਾ ਪ੍ਰਧਾਨ ਵਿੱਕੀ ਮਹਿਤਾ ਜੀ ਵੀ ਖੜੇ ਨੇ ਮੈਂ ਤਾਂ ਹੀ ਦੇਖਿਆ ਵਾ ਕਿ ਜਦ ਦਾ ਇਹ ਚੱਲਿਆ ਵਾ ਤੁਸੀਂ ਵੀ ਹਰੇਕ ਚੀਜ਼ 'ਤੇ ਆਪਣੀ ਪਰਸਨਲ ਸੁਪਰਵਿਜ਼ਨ ਰੱਖ ਰਹੇ ਹੋ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਸੈਨੇਟਾਈਜ਼ਰ ਦੀ ਬਹੁਤ ਲੋੜ ਹੈ ਇਸ ਟਾਈਮ ਜਦ ਦਾ ਲੋਕਡਾਊਨ ਖੁੱਲਿਆ ਅਤੇ ਪਬਲਿਕ ਦਾ ਇਕੱਠ ਵੀ ਬਹੁਤ ਜ਼ਿਆਦਾ ਹੋਣ ਲੱਗ ਗਿਆ ਉਸ ਕਰਕੇ ਇਹ ਚੀਜ਼ ਦੀ ਜ਼ਰੂਰਤ ਬਹੁਤ ਹੈ ਕਿਵੇਂ ਦੇਖ ਰਹੇ ਹੋ ਇਸ ਚੀਜ਼ ਨੂੰ ਦੇਖੋ ਸੈਨੇਟਾਈਜੇਸ਼ਨ ਤਾਂ ਅਸੀਂ ਪਹਿਲਾਂ ਵੀ ਬਹੁਤ ਵਾਰ ਕਰਵਾਈ ਹੈ ਲੇਕਿਨ ਇਹ ਟੈਂਕਰ ਮੰਗਾ ਕੇ ਕਰਾਉਣ ਦਾ ਮਕਸਦ ਇਹ ਵੀ ਇੱਕ ਵਾਰ ਚੰਗੀ ਤਰ੍ਹਾਂ ਵੀ ਦੁਬਾਰਾ ਕਿਉਂਕਿ ਧੁੱਪ ਦੇ ਵਿੱਚ ਜਿਹੜਾ ਸੈਨੇਟਾਈਜੇਸ਼ਨ ਕਰਾਉਣ ਦਾ ਫਾਇਦਾ ਬਹੁਤ ਜ਼ਿਆਦਾ ਹੁੰਦਾ ਪਹਿਲਾਂ ਬਰਸਾਤਾਂ ਵਗੈਰਾ ਰਹੀਆਂ ਮੌਸਮ ਵੀ ਠੰਡਾ ਰਿਹਾ ਉਹਦੇ 'ਚ ਸੈਨੇਟਾਈਜੇਸ਼ਨ ਇੰਨਾ ਅਸਰ ਨਹੀਂ ਕਰਦੇ ਅਤੇ ਐਮ ਐਲ ਏ ਸਾਹਿਬ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਮਸ਼ੀਨ ਅੱਜ ਖੰਨੇ ਨੂੰ ਟਰੱਕ ਮੰਗਾ ਕੇ ਦਿੱਤਾ ਅਤੇ ਯਸ਼ਪਾਲ ਗੁੰਮੀ ਜੀ ਦੀ ਅਗਵਾਈ ਦੇ ਵਿੱਚ ਅਤੇ ਸਾਡਾ ਜਿਹੜਾ ਪਲਾਨ ਆ ਅਸੀਂ ਇਹ ਸੋਚਿਆ ਵੀ ਹਾਈਵੇ ਪਹਿਲਾਂ ਜੀ ਟੀ ਰੋਡ ਕੀਤਾ ਜਾਊਗਾ ਉਹਦੇ ਨਾਲ ਜਿੰਨੀਆਂ ਕਲੋਨੀਆਂ ਨੇ ਉਹਦੇ ਕਿਉਂਕਿ ਟਰੱਕ ਵੱਡਾ ਗਲੀਆਂ 'ਚ ਜਾਣਾ ਨਹੀਂ ਜਿੰਨੀਆਂ ਕਲੋਨੀਆਂ ਨੇ ਉਹ 'ਚ ਕੀਤਾ ਜਾਊਗਾ ਅਤੇ ਸ਼ਾਮ ਨੂੰ ਜਦ ਬਾਜ਼ਾਰ ਬੰਦ ਹੋ ਜਾਣਗੇ 6 ਵਜੇ ਤੋਂ ਬਾਅਦ ਤਾਂ ਜਿੱਥੇ ਇੱਥੇ ਬਾਜ਼ਾਰ ਦੇ ਵਿੱਚ ਇਹ ਟਰੱਕ ਪਹੁੰਚ ਸਕਦਾ ਗੁਰੂ ਅਮਰਦਾਸ ਮਾਰਕੀਟ ਜਾਂ ਕਰਨੈਲ ਸਿੰਘ ਰੋਡ ਜਿੱਥੇ ਵੀ ਇਹ ਜਾ ਸਕਦਾ ਤਾਂ ਉਹ ਬਾਜ਼ਾਰ ਕਰਾਏ ਜਾਣਗੇ ਅਤੇ ਸਬਜ਼ੀ ਮੰਡੀ ਦਾਣਾ ਮੰਡੀ ਅਤੇ ਰਹਾਉਣ ਮੰਡੀ ਮਤਲਬ ਜਿੱਥੇ ਜਿੱਥੇ ਵੀ ਪਬਲਿਕ ਦੀ ਆਵਾਜਾਈ ਵੱਧ ਹੈ ਅਤੇ ਉੱਥੇ ਕਰਾਇਆ ਜਾਊਗਾ ਸੈਨੇਟਾਈਜੇਸ਼ਨ ਅਤੇ ਜਾਂ 2 ਦਿਨ ਦੇ ਵਿੱਚ ਇਹ ਪ੍ਰੋਸੈਸ ਜਿਹੜਾ ਕੰਪਲੀਟ ਹੋ ਜਿਵੇਂ ਕਿ ਤੁਸੀਂ ਸਾਬਕਾ ਪ੍ਰਧਾਨ ਜੀ ਦੀ ਗੱਲ ਸੁਣੀ ਕਿ ਰੋਡ ਮੈਪ ਸਾਰਾ ਤਿਆਰ ਹੈ ਸਾਡੇ ਨਾਲ ਐਫ ਐਸ ਓ ਯਸ਼ਪਾਲ ਗੋਮੀ ਜੀ ਨੇ ਜਿਹੜੇ ਕਿ ਜਦ ਤਾਂ ਇਹ ਚੱਲਿਆ ਵਾ ਕਰੋਨਾ ਜਦ ਦੀਆਂ ਹੀ ਆਪਣੀਆਂ ਸੇਵਾਵਾਂ ਦੇ ਰਹੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਵੱਲੋਂ ਤਾਂ ਗੋਮੀ ਜੀ ਸਾਡੇ ਚੈਨਲ ਵੱਲੋਂ ਸੈਲਿਊਟ ਆ ਤੁਹਾਡੀ ਜੋ ਤੁਸੀਂ ਕਾਰਗੁਜ਼ਾਰੀ ਇਹ ਟਾਈਮ ਦੇ ਵਿੱਚ ਦਿੱਤੀ ਹੈ ਤਾਂ ਇਹ ਜਿਹੜੀ ਸੈਨੇਟਾਈਜ਼ਰ ਇਸ ਦਿਨ ਹੋ ਜਾ ਰਹੀ ਹੈ ਇਹਦੇ ਬਾਰੇ ਵੀ ਜ਼ਰੂਰ ਸਾਡੇ ਚੈਨਲ ਨੂੰ ਦੱਸੋ ਮਾਨਯੋਗ ਐਮ ਐਲ ਏ ਸਾਹਿਬ ਜੀ ਦੇ ਹੁਕਮ ਅਨੁਸਾਰ ਅਸੀਂ 22-23 ਮਾਰਚ ਤੋਂ ਲਗਾਤਾਰ ਸ਼ਹਿਰ ਨੂੰ ਸੈਨੇਟਾਈਜ਼ ਕਰ ਰਹੇ ਹਾਂ
सारे शहर जिथे साडे फायर टेंडर गए असी उत्थे फायर टेंडर नाल सैनेटाइज किया, जिथे फायर टेंडर नहीं पहुँच सके असी उत्थे ट्रैक्टरां दे नाल सैनेटाइज किया, फिर जिथे ट्रैक्टर भी नहीं पहुँच सके असी उत्थे हैंड पंपा नाल भी सैनेटाइज किया। सारे बंद के दौरान जिहड़े बैंक खुले सी उन्हां नूं किया, पूरे ए टी एम वगैरह किया उन्हां नूं किया, और हॉस्पिटल वगैरह जिन्हें भी सीगे उन्हां नूं भी किया प्रॉपर, सिटी वन सिटी टू जिहड़े जिहड़े खुले अदारे सी वन टू और सांझ केंद्र सारे और उन्हां नूं भी किया असी, कसी कोई कसर नहीं छड्डी, कोई कलोनी कोई गली कोई महला जिथे जिथे साडा फायर टेंडर गया मानयोग एम एल ए साहब के हुक्म अनुसार असी उन्हूं किया है। अज साडे कोल टैंकर एक पहुंचा राणा गुरजीत सोडी एम एल ए साहब, उन्होंने साढ़े को एक नवी टैक्नीक ट्रक भेजा है, 25,000 लीटर का टैंक है, सोडियम हाइपोक्लोराइड पैंती है, असी जिथे जिथे कलोनियाँ सानू आदेश हुए ने असी उन्हों सैनेटाइज करा, लिस्ट साढ़े को पहुँच चुकी है, सारी टीम नाल जाऊगी सैनेटाइज सारे शहर में करा। थैंक यू वेरी मच। जिमें कि तुम गोमी जी की गल सुनी पहला मानयोग एम एल ए साहब साबका प्रधान विक्की मेहता जी, सारा रोड मैप क्लीयर है, इंटेंशन क्लीयर है कि जोड़ा शहर है उन्होंने कोरोना मुक्त करने ही करना, सैनेटाइजिंग दिया सेवावान ने वो इदा ही निरंतर चलदिया रहनगियां। मैं हरप्रीत आलूवालिया, मेरे साथी विक्की वडेरा जी, फिर तू न्यूज़ तो। थैंक यू वेरी मच।